ਬਹੁਤ ਟਾਈਮ ਬਾਅਦ ਮੈਂ ਪੰਜਾਬ ਆਇਆ ਵਾਂ ਕੈਨੇਡਾ ਤੋਂ। ਅੱਜ ਮੈਂ ਆਪਦੇ ਜਿਗਰੀ ਯਾਰ ਹਰਸ਼ ਨੂੰ ਮਿਲੂੰਗਾ। ਯਾਰ ਮੈਨੂੰ ਦੇਖ ਕੇ ਉਹ ਕਿੰਨਾ ਖੁਸ਼ ਹੋਊਗਾ ਨਾ, ਸਿੱਧਾ ਮੇਰੇ ਸਾਹਮਣੇ ਖੜਾ ਹੋਊਗਾ, ਦੇਖ ਕੇ ਉਹਨੇ ਮੈਨੂੰ ਜੱਫੀਆਂ ਹੀ ਪਾ ਲੈਣੀਆਂ, ਬਸ ਉਹ ਸੀਨ ਦੇਖਣ ਵਾਲਾ ਹੋਊਗਾ। ਉਹ ਤੂੰ ਕਿੱਥੇ ਆ ਯਾਰ? ਸਕੂਲ 'ਚ ਫਿਰਦਾ ਮੈਂ ਤਾਂ। ਓਏ ਮੈਂ ਆ ਦਰਖਤ ਪਿੱਛੇ ਆ ਦੇਖ। ਆਹੀ ਘਰ ਲੱਗਦਾ ਮੈਨੂੰ ਉਹਦਾ, ਏਡਾ ਵੱਡਾ ਘਰ। ਇਹ ਤਾਂ ਗਰੀਬ ਜਿਹਾ ਆਉਂਦਾ, ਇਹਨਾਂ ਦੇ ਬਿੱਲ ਵੀ ਲੱਗ ਗਈ। ਦਰਖਤ ਪਿੱਛੇ ਕੀ ਕਰਦਾ ਯਾਰ? ਆਹ ਕੌਣ ਆਇਆ ਹੁਣ ਬਾਹਰ? ਜਾਂ ਦੇਖ ਜਾ ਕੇ ਦੋਧੀ ਦੋਧੀ ਹੋਊਗਾ। ਉਹ ਨਹੀਂ ਤੂੰ ਨਾਲ ਚੱਲ। ਉਹ ਕਿਤੇ ਨਹੀਂ ਬੱਚੇ ਚੁੱਕਣ ਵਾਲਾ ਕੋਈ? ਅੱਜ ਕੱਲ੍ਹ ਤੂੰ ਦੇਖਿਆ ਨਹੀਂ ਉਹ ਕ੍ਰਾਈਮ ਪੈਟਰੋਲ 'ਚ? ਉਹ ਯਾਰ ਹੋਣਾ ਕੋਈ ਗੁਆਂਢੀ ਗੁਆਂਢੀ। ਤੂੰ ਨਾਲ ਚੱਲ ਪਰ, ਤੇਰਾ ਕਿਹੜਾ ਕੋਈ ਬੀਬੀ ਕਰਦਾ? ਓ ਕੀ ਹਾਲ ਆ ਯਾਰ? ਇਹਨੂੰ ਕੀ ਹੋ ਗਿਆ? ਉਹ ਅੱਛਾ ਸ਼ੌਕ ਹੋ ਗਿਆ ਨਾ ਮੈਨੂੰ ਦੇਖ ਕੇ। ਉਹ ਨਹੀਂ ਨਹੀਂ ਤੇਲ ਲੈਣ ਗਿਆ ਉਹ ਪੱਕਾ, ਫਿਰ ਇੱਥੇ ਆ ਕੇ ਚੋਊਗਾ ਨਾ। ਉਹ ਕਿੱਥੋਂ ਆ ਗਿਆ? ਕੈਨੇਡਾ ਤੋਂ ਆਇਆ ਅਗਲਾ, ਇੰਨਾ ਰਾਈ ਦੱਸਿਆ ਤੱਕ ਨਹੀਂ ਇਹਨੇ ਤਾਂ ਯਾਰ। ਮੈਨੂੰ ਤਾਂ ਫੋਨ 'ਤੇ ਦੱਸਤਾ ਸੀ ਉਹਨੇ ਪਹਿਲਾਂ ਹੀ। ਤੂੰ ਮੈਨੂੰ ਤਾਂ ਦੱਸ ਦਿੰਦਾ, ਲੈ ਸਰਪ੍ਰਾਈਜ਼ ਖਰਾਬ ਕਰਨਾ ਸੀ ਉਹਦਾ ਮੈਂ। ਉਹ ਪਤਾ ਕਿੰਨਾ ਡਿਮਾਂਡਿੰਗ ਆ ਇਹ, ਬਹੁਤ ਲੱਛਣ ਕਰਦਾ ਇਹ, ਕਦੇ ਆ ਲਿਆ ਉਹ ਲਿਆ ਦੋ, ਪਤਾ ਹੋਰ ਟਾਈਪ ਦਾ ਬੰਦਾ ਯਾਰ ਇਹ। ਭਰਾਵਾ ਆਈਫੋਨ ਲੈ ਕੇ ਆਇਆ ਹੋਊ ਆਪਣੇ ਵਾਸਤੇ, ਖਾਤਰਦਾਰੀ ਕਰ ਇਹਦੀ ਪੂਰੀ। ਟੱਟੂ ਲੈ ਕੇ ਆਇਆ ਆਈਫੋਨ, ਪਤਾ ਕਿੰਨਾ ਲਾਲਚੀ ਬੰਦਾ ਇਹ, ਸਵਾਹ ਤੇਰੇ ਲਈ ਆਈਫੋਨ ਲੈ ਕੇ ਆਉਣਾ ਇਹਨੇ। ਉਹ ਭਰਾਵਾ ਮੈਨੂੰ ਕਹਿੰਦਾ ਸੀ, ਮੇਰੇ ਨਾਲ ਵਾਅਦਾ ਕੀਤਾ ਸੀ ਜਦੋਂ ਚੱਲਿਆ ਸੀ ਕੈਨੇਡਾ ਇਹ। ਆਈਫੋਨ ਦੋ ਦੋ ਐਪਲ ਆਪਣੇ ਕੋਲ ਹੋ ਜਾਣੇ ਆ। ਆਪਣੇ ਬਸ ਯਾਰ ਮਾੜੇ ਯਾਰ, ਕਿੱਦਾਂ ਮਾੜੇ ਯਾਰ? ਟੱਟੂ ਆਈਫੋਨ ਦਊਗਾ ਆਪਾਂ ਨੂੰ? ਕੋਈ ਨਜ਼ਰ ਨਾ ਲੱਗ ਜੇ ਤਾਂ ਕਹਿ ਰਿਹਾ ਵਾ, ਚੱਲਦੇ ਹੀ ਹੁੰਦੇ ਆ ਇਹਨਾਂ ਦੇ। ਉਹ ਖਾਤਰਦਾਰੀ ਦਾ ਕੋਈ ਕਰ ਦੋ। ਹਾਂ ਲੰਮਿਆਂ ਵੀ ਉਹੀ ਕਹਿ ਰਿਹਾ ਸੀਗਾ, ਤੁਸੀਂ ਫਿਰ ਕੀ ਖਾਓਗੇ ਪੀਓਗੇ? ਐਂ ਕਰੋ ਫਿਰ ਚਾਹ ਲਿਆਓ ਤੁਸੀਂ। ਹਲੋ ਭਾਜੀ ਚਾਹ ਪੀਓ ਜੀ। ਫੜੋ ਨਹੀਂ ਮੈਂ 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 ਫੜੋ ਜੀ ਫੜੋ। ਮੈਨੂੰ ਚਾਹ ਕਾ ਪੇ ਆ ਕੀ ਯਾਰ, ਕੱਲੀ ਚਾਹ ਹੀ ਖਾਣ ਨੂੰ ਵੀ ਲਿਆ ਯਾਰ ਕੋ ਨਾਲ। ਹੁਣ 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 ਲੈ ਕੇ, ਹੁਣ ਲੈ ਕੇ ਦੋ ਦੋ ਮਿੰਟ ਦੋ ਦੋ ਮਿੰਟ ਦੋ। ਮੈਂ ਡਰਾਈ ਫਰੂਟ ਖਾਣਾ ਯਾਰ। ਕੋਕ ਨਾਲ ਡਰਾਈ ਫਰੂਟ ਕੌਣ ਖਾਂਦਾ ਯਾਰ ਦੱਸ? ਉਹ ਮੈਂ ਖਾਣਾ ਯਾਰ, ਲਿਆ ਕੇ ਦੋ ਯਾਰ ਭਾਈ, ਮੈਨੂੰ ਨਹੀਂ ਪਤਾ ਯਾਰ। ਚੱਲ ਜਾ ਬਾਜ਼ਾਰ ਲੈ ਆ। ਚੱਲ ਕੋਈ ਗੱਲ ਨਹੀਂ ਯਾਰ, ਤੁਹਾਡੇ ਘਰੇ ਆਏ ਹੁਣ ਪੀਣਾ ਹੀ ਪੈਣਾ, ਕੋਕ ਲੈ ਫੜਾ ਯਾਰ। ਉਹ ਨਹੀਂ 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 ਕੋਈ ਗੱਲ ਨਹੀਂ, ਉਹ ਨਹੀਂ ਵੀਰੇ ਮੈਂ ਲੈ ਕੇ ਆਇਆ ਦੱਸ ਯਾਰ। ਲੈ ਆਹ ਫੜੋ ਤੁਸੀਂ, ਮੈਂ ਡਰਾਈ ਫਰੂਟ ਲੈ ਕੇ ਆ ਦੋ ਮਿੰਟ ਬਾਅਦ। ਕੋਕ ਪੀਤਾ ਤਾਂ ਨਹੀਂ? ਨਾ ਨਾ ਨਾ, ਹਾਏ ਹਾਏ ਲੈ ਫੜਾ। ਫੜੋ 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 ਫੜੋ, ਹਾਂ ਮੇਰੇ ਵਾਲੇ ਫੇਵਰੇਟ। ਹਾਂ ਓਏ ਕੋਕ ਖੋਲਾ ਹੁਣ। ਕਿੰਨੇ ਕੁ ਚ ਪੈ ਗਏ? ਕੁੜੀ ਦਾ 1000 ਰੁਪਏ ਲੱਗਿਆ ਹਰੇ, 1 ਲੱਖ ਰੁਪਏ ਦਾ ਆਈਫੋਨ ਯਾਰ। ਹਰਸ਼ ਹਾਂ ਓਏ, ਆ ਤਾਂ ਮੈਂ ਰੈੱਡ ਬੁੱਲ ਨਾ ਖਾਣਾ ਯਾਰ, ਹੁਣ ਤੈਨੂੰ ਰੈੱਡ ਬੁੱਲ ਲਿਆਉਣੀ ਪੈਣੀ ਆ ਯਾਰ। ਅਮਰੀਕਾ ਪਈ ਜਾ ਤੋ ਜਲਸਾ। ਓ ਨਹੀਂ ਨਹੀਂ ਜ਼ਿਆਦਾ ਨਹੀਂ, 4-5 ਹਜ਼ਾਰ ਦੀ ਪੈਣੀ ਆ ਪੇਟੀ। ਮੇਟੀ ਚੱਕ ਲਾ ਫਿਰ, ਆਈਫੋਨ ਵੀ ਤਾਂ ਆਪਾਂ ਹੀ ਲੈਣੇ ਆ। ਕੋਈ ਨਾ ਬਾਈ, 2 ਮਿੰਟ ਖੜੋ, ਮੈਂ ਹੁਣੇ ਆ ਗਿਆ। ਠੀਕ ਹੈ, ਚੱਲ ਜੀ ਬਾਅਦ 2 ਮਿੰਟ ਖੜੋ, ਤੁਸੀਂ ਬੈਠੋ, ਮੈਂ ਹੁਣੇ ਆ ਗਿਆ। ਹੋਰ ਸੁਣਾ ਫਿਰ ਕੋਈ ਗੱਲ ਬਾਤ ਬ੍ਰੋ? ਬਸ ਯਾਰ ਗੱਲ ਤਾਂ ਕੋਈ ਨੀ, ਐਂ ਕਰ ਯਾਰ ਵੀਰੇ ਪਾਣੀ ਲਿਆ ਦੇ ਇੱਕ। ਬਲੈਕ ਵਾਟਰ ਚੱਲ ਕੋਈ ਨੀ, ਫਿਰ ਵੀ ਪੀ ਲੈਣਾ। ਹੋਰ ਸੁਣਾ ਕੀ ਹਾਲ ਆ ਫਿਰ ਪੰਜਾਬ ਦਾ? ਬਸ ਭਰਾਵਾ ਪੰਜਾਬ ਵਿੱਚ ਵੀ ਹੁਣ ਬਲੈਕ ਵਾਟਰ ਹੀ ਬਣਿਆ ਪਿਆ ਸਾਰਾ ਕੁਛ। ਹਾਂ ਮੈਂ ਸੁਣਿਆ ਵਾ, ਕੀ ਰੌਲੇ ਚੱਲ ਰਹੇ ਆ ਫੈਕਟਰੀਆਂ ਬਾਰੇ ਆਪਣੇ? ਬਸ ਯਾਰ ਤੈਨੂੰ ਪਤਾ ਹੀ ਆ,
ਫੈਕਟਰੀਆਂ ਫੂਕਟਰੀਆਂ ਲੱਗ ਜਾਂਦੀਆਂ ਨੇ, ਪਾਣੀ ਪੂਣੀ ਬਾਹਲਾ ਗੰਦਲਾ ਹੋ ਜਾਂਦਾ ਉਹਦੇ ਕਰਕੇ ਯਾਰ, ਬਹੁਤ ਬਿਮਾਰੀਆਂ ਫੈਲਦੀਆਂ ਨੇ ਯਾਰ। ਅੱਛਾ, ਕਈ ਪਿੰਡਾਂ ਦੇ ਤਾਂ ਪਾਣੀ ਜਮ੍ਹਾਂ ਕਾਲੇ ਆਉਣ ਲੱਗ ਗਏ ਯਾਰ। ਯਾਰ ਇੱਕ ਪੰਜਾਬ ਕੋਲ ਪਾਣੀ ਤਾਂ ਹੈਗਾ ਵਾ, ਉਹ 'ਚ ਵੀ ਹੁਣ ਪ੍ਰੋਬਲਮ ਆ ਗਈ। ਹੋਰ ਯਾਰ, ਆਹ ਫੈਕਟਰੀਆਂ ਫੂਕਟਰੀਆਂ ਕਰਕੇ ਯਾਰ ਪਾਣੀ ਬਾਹਲਾ ਗੰਦਾ ਹੋ ਜਾਂਦਾ। ਅੱਜ ਕੱਲ੍ਹ ਦਾ ਡਰ ਲੱਗਦਾ ਪੀਣ ਪੂਣ ਵੇਲੇ ਵੀ ਪਾਣੀ, ਹੈ ਨਾ। ਤੂੰ ਤਾਂ ਪੀ ਪਾਣੀ ਕੋਈ ਚੱਕਰ ਨਹੀਂ? ਓ ਨਹੀਂ ਨਹੀਂ, ਇਹਦਾ ਨਹੀਂ ਕੋਈ ਚੱਕਰ, ਉਹ ਪਾਣੀ ਪੀ ਕੇ ਤਾਂ ਦੇਖ। ਉਹ ਨਹੀਂ ਯਾਰ, ਡਰ ਲੱਗਦਾ ਐਵੇਂ ਸੂਟ ਕਰੇ ਨਾ ਕਰੇ, ਕੀ ਪਤਾ। ਪੀ ਕੇ ਤਾਂ ਦੇਖੇ ਕਰੀ, ਲੈ ਦੱਸ ਯਾਰ। ਵਧੀਆ ਯਾਰ, ਵਧੀਆ ਨਾ? ਹਾਂ, ਤੇ ਵਧੀਆ ਹੋਣਾ ਹੀ ਸੀ। ਲੈ, ਪਿਓਰ ਸਮਾਰਟ ਤੋਂ ਪਿਓਰੀਫਾਈ ਹੋਇਆ ਇਹ। ਲੈ, ਪਿਓਰ ਸਮਾਰਟ ਯਾਰ। ਹਾਂ, ਉਰੇ ਤੁਹਾਨੂੰ ਦਿਖਾਵਾਂ, ਚੱਲ ਚੱਲੀਏ। ਇਹ ਆ ਲੈ ਪਿਓਰ ਸਮਾਰਟ, ਮਤਲਬ ਸਮਾਰਟ ਆਰੋ। ਸਮਾਰਟ ਆਰੋ ਮਤਲਬ? ਦੇਖ ਯਾਰ, ਹੁਣ ਤੂੰ ਇੰਡੀਆ 'ਚ ਆਇਆ, ਤੂੰ ਆਰੋ ਵੀ ਲਗਵਾਏਗਾ, ਤੈਨੂੰ ਕਮ ਸੇ ਕਮ ਕਿੰਨੇ ਦਾ ਪਊਗਾ? ਮੈਨੂੰ ਪਤਾ ਤੂੰ ਮਜ਼ਾਕ ਕਰਦਾ ਮੇਰੇ ਨਾਲ, ਮੈਂ ਪੰਜਾਬ ਤੋਂ ਹੀ ਗਿਆ ਵਾ, ਨਾਲ ਤੁਸੀਂ ਤਾਂ ਘੜੇ ਤੋਂ ਪਾਣੀ ਪੀਂਦੇ ਭਰਾਵੋ, ਤੁਹਾਡੇ ਆਰੋ ਕਿਵੇਂ ਲੱਗ ਗਿਆ? ਓਏ ਫ੍ਰੀ ਆ ਤਾਂ ਹੀ ਤਾਂ ਲਵਾ ਲਿਆ। ਅੱਛਾ, ਨਾਲ ਯਾਰ ਤੂੰ ਆਪ ਦੇਖ, ਅੱਜ ਕੱਲ੍ਹ ਹਰੇਕ ਚੀਜ਼ ਵਿੱਚ ਮਿਲਾਵਟ ਆ, ਖਾਣ ਪੀਣ ਵਾਲੀ ਕਿਸੇ ਵੀ ਚੀਜ਼ ਵਿੱਚ। ਇੱਕ ਪਾਣੀ ਤਾਂ ਹੈਗਾ ਜਿਹੜਾ ਆਪਾਂ ਸ਼ੁੱਧ ਪੀ ਸਕਦੇ ਹਾਂ। ਸਹੀ ਗੱਲ, ਲੇ ਪਿਓਰ ਸਮਾਰਟ ਦਿੰਦਾ ਸਭ ਤੋਂ ਸ਼ੁੱਧ ਪਾਣੀ। ਹੁਣ ਆਪਾਂ ਇੱਕ ਆਰੋ ਲੈਂਦੇ ਹਾਂ, ਉਹਦੀ ਐਨੂਅਲ ਮੇਨਟੇਨੈਂਸ ਕੋਸਟ ਕਿੰਨੀ ਦੇਣੀ ਪੈਂਦੀ ਆ? ਉਹ ਭਰਾਵਾ ਪੁੱਛ ਨਾ, ਮੈਨੂੰ ਮੇਰੀ ਮੰਮੀ ਦੱਸਦੀ ਸੀਗੀ 5-6 ਹਜ਼ਾਰ ਤਾਂ ਆਪਾਂ ਨੂੰ ਦੇਣਾ ਹੀ ਪੈਂਦਾ ਵਾ। ਹੋ ਰਹੇ ਯਾਰ ਭਰਾਵਾ, ਉਲਟਾ ਉਹਨਾਂ ਨੂੰ ਫੋਨ ਕਰੋ, ਬਹੁਤ ਲੇਟ ਜਾ ਕੇ ਆਉਂਦੇ ਆ ਕਿਤੇ। ਹੁਣ ਇਹ ਦੇਖ ਤੂੰ, ਇਹਦੇ ਵਿੱਚ AMC ਕੋਸਟ ਕੁਛ ਨਹੀਂ ਹੈਗੀ, ਬਿਲਕੁਲ ਫ੍ਰੀ ਆ। ਅੱਛਾ, ਪਹਿਲਾਂ ਆਪਣੇ ਮਸ਼ੀਨ ਦੇ 15-20 ਹਜ਼ਾਰ ਬਚ ਕੇ, ਉਦੋਂ ਬਾਅਦ AMC ਕੋਸਟ ਦਾ ਆਪਣਾ 5-6 ਹਜ਼ਾਰ ਰੁਪਈਆ ਬਚ ਗਿਆ। ਉਦੋਂ ਬਾਅਦ ਜਿਹੜਾ ਆਪਾਂ ਨੂੰ ਪਾਣੀ ਚਾਹੀਦਾ, ਆਪਦੀ ਯੂਜੇਜ ਦੇ ਹਿਸਾਬ ਨਾਲ ਰੀਚਾਰਜ ਕਰ ਲਓ। ਰੀਚਾਰਜ ਭਰਾਵਾ? ਹਾਂ, ਇਹ ਰੀਚਾਰਜ ਵੀ ਹੁੰਦਾ? ਹੋਰ ਕੀ, ਉਹ ਮੈਂ ਕਿਹੜਾ ਨੈੱਟ ਪੈਕ ਪਵਾਉਣਾ? ਉਹ ਇਹਦੇ ਵਿੱਚ ਹੁੰਦਾ, ਇਹਦੇ ਵਿੱਚ 2 ਪਲਾਨ ਹੁੰਦੇ ਆ। ਜੇ ਤੁਸੀਂ ਲਿਮਿਟਡ ਯੂਜ਼ ਕਰਨਾ, ਉਹਦੇ ਲਈ ਆ ਸਿਲਵਰ ਪਲਾਨ ਜੋ ਕਿ 349 ਰੁਪੀਸ ਦਾ। ਜੇ ਤੁਸੀਂ ਵੱਧ ਯੂਜ਼ ਕਰਨਾ, ਉਹਦੇ ਲਈ ਆ ਪਲੈਟੀਨਮ ਪਲਾਨ ਜੋ ਕਿ ਆ 499 ਰੁਪੀਸ ਦਾ ਪਰ ਮੰਥ ਲਈ। ਠੀਕ ਆ ਯਾਰ, ਵਧੀਆ। ਕੈਨੇਡਾ ਤੋਂ ਭਰਾਵਾ ਮੈਂ ਅੱਗੇ ਤੂੰ ਵਧਿਆ ਫਿਰਦਾ ਵਾਂ। ਸਹੀ ਆ ਫਿਰ। ਵਾਹ ਯਾਰ, ਉਹ ਐਪ? ਹਾਂ, ਇਹ ਆ ਲੇ ਪਿਓਰ ਸਮਾਰਟ ਐਪਲੀਕੇਸ਼ਨ। ਅੱਛਾ, ਇਹਦੇ ਵਿੱਚ ਤੁਸੀਂ ਜਿੰਨਾ ਤੁਸੀਂ ਰੀਚਾਰਜ ਕਰਨਾ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਤੁਸੀਂ ਆਪਣੀ ਰੇਅਲ ਵਾਟਰ ਕੰਜਪਸ਼ਨ ਵੀ ਮੋਨੀਟਰ ਕਰ ਸਕਦੇ ਹੋ। ਠੀਕ, ਜੇ ਤੁਹਾਡੀ ਮਸ਼ੀਨ ਬਾਈ ਚਾਂਸ ਖਰਾਬ ਹੋ ਜਾਵੇ ਤਾਂ ਆਪਣੇ ਆਪ ਪਤਾ ਲੱਗ ਜਾਂਦਾ ਲੇ ਪਿਓਰ ਵਾਲਿਆਂ ਨੂੰ, ਉਹ ਆ ਕੇ ਠੀਕ ਕਰ ਜਾਵੇਗੇ। ਅੱਛਾ ਯਾਰ, ਹੋਰ ਦੇਖ ਯਾਰ, ਸਭ ਤੋਂ ਪਹਿਲਾਂ ਆਪਾਂ ਸਿਕਿਉਰਿਟੀ ਡਿਪੋਜ਼ਿਟ ਦੇਣੇ ਹੁੰਦੇ ਆ। ਉਹ ਕਿੰਨੀ ਹੁੰਦੀ ਆ ਹੁਣ? ਉਹ ਹੁੰਦੇ 1499 ਰੁਪਏ। ਸਹੀ ਯਾਰ, ਉਹ ਵੀ ਜਦੋਂ ਆਪਾਂ ਮਸ਼ੀਨ ਵਾਪਸ ਕਰਦੇ ਹਾਂ ਉਹ ਆਪਾਂ ਨੂੰ ਵਾਪਸ ਮਿਲ ਜਾਂਦੇ। ਉਹ ਬਹੁਤ ਵਧੀਆ ਨਾ ਫਿਰ ਤਾਂ। ਤੁਹਾਡੇ ਘਰੇ ਕਿਹੜਾ ਰੋਲ ਲੱਗਾ ਹੋਇਆ ਵੈਸੇ? ਤੂੰ ਫਿਰ ਕਦੋਂ ਜਾਣਾ ਇੱਥੋਂ? ਬਸ ਮੈਂ 20 ਦਿਨ ਤੁਹਾਡੇ ਕੋਲ ਰਹੂੰਗਾ। 20 ਦਿਨ? ਉਹ ਥੋੜੀ ਆ ਮੇਰੇ ਲਈ ਤਾਂ। ਫਿਰ ਮੈਂ ਲੁਧਿਆਣੇ ਜਾ ਵੜਨਾ, ਫਿਰ ਮੈਂ ਜਾਊਂਗਾ ਆਪਣਾ ਦਿੱਲੀ ਭੂਆ ਕੋਲੇ। ਅੱਛਾ, ਹੁਣ ਤੂੰ ਦੇਖ, ਜੇ ਤੂੰ ਲੁਧਿਆਣੇ ਜਾਏਗਾ ਉਸ ਤੋਂ ਬਾਅਦ ਤੂੰ ਦਿੱਲੀ ਹੋਏਗਾ ਰੀਲੋਕੇਟ, ਹਾਂ, ਤਾਂ ਕੰਪਨੀ ਤੈਨੂੰ ਬਿਲਕੁਲ ਫ੍ਰੀ ਵਿੱਚ ਰੀਇੰਸਟਾਲਿੰਗ ਕਰਕੇ ਦਊਗੀ। ਪੂਰੇ ਇੰਡੀਆ ਵਿੱਚ 20 ਸਿਟੀ ਵਿੱਚ ਇਹਨਾਂ ਦੀ ਸਰਵਿਸ ਆ, ਬਾਕੀ ਤੂੰ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਕੇ ਚੈੱਕ ਕਰ ਸਕਦਾ ਸਾਰਾ ਕੁਛ। ਅੱਛਾ ਯਾਰ, ਇੰਨੇ ਫਾਇਦੇ ਆ? ਹੋਰ ਕੀ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ, ਉੱਥੇ ਲਿੰਕ ਦਿੱਤਾ ਹੋਇਆ, ਕਲਿੱਕ ਕਰਕੇ ਆਪਦਾ ਬੁੱਕ ਕਰਵਾ ਲਾ ਇੱਕ। ਠੀਕ ਆ ਯਾਰ, ਮੈਂ ਹੁਣੇ ਕਰਵਾਉਣਾ। ਹਾਂ, ਅਮਨ ਕਿੱਥੇ ਬੁਲਾ ਕੇ ਲੈ ਕੇ ਆਈ ਮੜਾ? ਹੋਰ ਸੁਣਾਓ ਕੋਈ ਗੱਲਬਾਤ ਫਿਰ? ਬਸ ਗੱਲ ਤਾਂ ਯਾਰ ਕੋਈ ਨਹੀਂ, ਤੂੰ ਸੁਣਾ। ਬਸ ਖਾਣਾ ਪੀਣਾ ਕਹੋ? ਖਾਣਾ ਤਾਂ ਯਾਰ ਸੀਗਾ, ਪਰ ਕੋਈ ਗੱਲ ਨਹੀਂ, ਮੈਂ ਰੈੱਡ ਬੁੱਲ ਦੀ ਪੇਟੀ ਚੱਕ ਲਈ ਆ, ਮਾਰਿਆ ਫਿਰ ਤੁਸੀਂ ਗੱਡਾ। ਹਾਂ ਹਾਂ, ਕੋਈ ਨਾ ਕੋਈ ਨਾ, ਠੀਕ ਆ ਠੀਕ ਆ, ਓਕੇ 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 ਓਕੇ, ਚਲੋ ਠੀਕ ਹੋ ਆ ਗਿਆ। ਕੀ ਹੋ ਗਿਆ? ਨਹੀਂ ਤੇ ਮੈਂ ਤੁਹਾਨੂੰ ਨਹੀਂ ਲੱਗਦਾ ਵੱਡਾ ਹੁੰਦੇ, ਮੈਂ ਛੋਟਾ। ਓ ਯਾਰ, ਆਈਫੋਨ? ਓ ਅੱਛਾ, ਆਈਫੋਨ? ਹਾਂ ਹਾਂ, 2 ਮਿੰਟ ਮੇਰਾ ਹੋਵੇ, ਮੇਰਾ ਮੈਂ ਗਰੀਬ ਕਿਹਾ ਸੀ। ਏਅਰਪੋਰਟ ਤੇ ਉਹਨਾਂ ਨੇ ਕੱਢ ਲਏ ਯਾਰ, ਆਪਾਂ ਏਅਰਪੋਰਟ ਤੇ ਚੱਲਦੇ ਆ, ਕੈਮਰੇ ਵਿੱਚ ਦੇਖ ਲਾ ਕਿੰਨੇ ਕੱਢੇ ਆ, ਨਹੀਂ ਏਅਰਪੋਰਟ ਲਿਖਾ ਦੇ, ਉੱਥੇ ਕੱਢ ਲਏ ਉਹਨਾਂ ਨੇ, ਏਅਰਪੋਰਟ ਆ ਲੈਣੀ। ਅੱਛਾ, ਉਹਨਾਂ ਨੇ ਕੱਢ ਲਏ, 200 ਰੁਪਿਆ ਖਰਚਾ ਹੋ ਗਿਆ। ਚਲੋ ਕੋਈ ਨੀ ਬਾਈ, ਬੜੀ ਫਿਕਰ ਕਰਦੇ ਆ ਜਾਣ ਲੱਗੀ।